ਘਰ ਘਰ ਪੁੱਤ ਜੰਮਦੇ ਪਰ ਜਿਉਣਾ ਮੌੜ ਨਹੀਂ ਕਿਸੇ ਨੇ ਜੰਮਣਾ, ਸਗੋਂ ਕਿਸ਼ਨੇ ਮੌੜ ਵਰਗਾ ਸੂਰਮਾ ਵੀ ਕਿਸੇ ਮਾਂ ਨੇ ਜੰਮਿਆ ਨਹੀਂ। ਕਿਸ਼ਨਾ ਤੇ ਜਿਉਣਾ ਦੋਨੋਂ ਸਕੇ ਭਰਾ ਖੜਕ ਸਿੰਘ ਨਾਂ ਦੇ ਇੱਕ ਜੱਟ ਦੇ ਘਰੇ ਪੈਦਾ ਹੋਏ। ਉਹਨਾਂ ਦਾ ਪਿੰਡ ਸੰਗਰੂਰ ਜ਼ਿਲ੍ਹੇ ਵਿੱਚ ਮੌੜਾ। ਉਹਨਾਂ ਦੀ ਮਾਂ ਦਾ ਨਾਂ ਸੰਤੀ ਸੀ। ਸੰਤੀ ਨੇ ਮੱਝਾਂ ਦਾ ਦੁੱਧ ਪਲਾ ਪਲਾ ਕੇ ਦੋਨੇ ਪੁੱਤਰਾਂ ਨੂੰ ਪਾਲਣਾ ਸ਼ੁਰੂ ਕਰ ਦਿੱਤਾ। ਮੁੰਡੇ ਜਦੋਂ ਵੱਡੇ ਹੋਣ ਲੱਗੇ ਤਾਂ ਟਾਲੀ ਦੇ ਪਾਵਿਆਂ ਵਰਗੇ ਨਿੱਗਰ ਸਰੀਰ ਦੇ, ਜਦੋਂ ਕਿਸ਼ਨੇ ਦੇ ਮੁੱਛ ਫੁੱਟੀ ਉਹ ਗਾਡਰ ਵਰਗਾ ਜਵਾਨ ਨਿਕਲਿਆ। ਪਿੰਡ ਦੇ ਜ਼ੈਲਦਾਰ ਦੀਆਂ ਜ਼ਿਆਦਤੀਆਂ ਬਰਦਾਸ਼ਤ ਨਾ ਕਰ ਸਕਿਆ। ਉਹ ਰਜਵਾੜਾ ਸ਼ਾਹੀ ਦਾ ਸਮਾਂ ਸੀ। ਜ਼ੈਲਦਾਰ ਜਦੋਂ ਮੁਜ਼ਾਰਿਆਂ ਨੂੰ ਤੰਗ ਕਰਦਾ ਤੇ ਉਹਨਾਂ ਤੇ ਜ਼ੁਲਮ ਕਰਦਾ ਤਾਂ ਕਿਸ਼ਨਾ ਗੁੱਸੇ ਦੀ ਅੱਗ ਵਿੱਚ ਬਲਣ ਲੱਗਦਾ। ਕਿਸ਼ਨਾ ਸੱਥ ਵਿੱਚ ਖੜਾ ਕਈ ਵਾਰ ਕਹਿੰਦਾ ਸੁਣਿਆ ਗਿਆ ਸੀ, ਮੈਂ ਨਹੀਂ ਉਹ ਕਿਸੇ ਜੜੇ ਜ਼ੈਲਦਾਰ ਦੀ ਪਰਵਾਹ ਕਰਦਾ। ਜ਼ੈਲਦਾਰ ਹੋਊਗਾ ਆਪਣੇ ਘਰੇ, ਮੇਰੀ ਜੁੱਤੀ ਦੀ ਨੋਕ ਤੇ ਆ ਜ਼ੈਲਦਾਰ, ਕਿਸ਼ਨਾ ਗੜਗਾ ਚ ਪਾਉਂਦਾ ਰਿਹਾ। ਇਸ ਤਰ੍ਹਾਂ ਦੀਆਂ ਗੱਲਾਂ ਜ਼ੈਲਦਾਰ ਦੀ ਹਵੇਲੀ ਤੱਕ ਪਹੁੰਚਣ ਲੱਗੀਆਂ। ਅਖੀਰ ਨੂੰ ਜ਼ੈਲਦਾਰ ਨੇ ਵੱਡਾ ਥਾਣੇਦਾਰ ਪਿੰਡ ਸੱਦ ਲਿਆ। ਥਾਣੇਦਾਰ ਨੇ ਕਿਸ਼ਨੇ ਨੂੰ ਗ੍ਰਿਫਤਾਰ ਕਰਕੇ ਪਿੰਡ ਦੀ ਸੱਥ ਵਿੱਚ ਲੋਕਾਂ ਦੇ ਸਾਹਮਣੇ ਢਾਹ ਕੇ ਕੁੱਟਿਆ ਤੇ ਥਾਣੇ ਲੈ ਗਿਆ। ਪੁਲਿਸ ਤਸੀਹੇ ਦਿੰਦੀ ਰਹੀ। 15 ਦਿਨ ਮਗਰੋਂ ਜਦ ਕਿਸ਼ਨਾ ਪਿੰਡ ਮੁੜਿਆ ਤਾਂ ਲੱਤਾਂ ਚੌੜੀਆਂ ਕਰ ਕਰਕੇ ਤੁਰਦਾ ਸੀ। ਦੁੱਧ 'ਚ ਘਿਓ ਪਾ ਕੇ ਦਿੰਦੀ ਰਹੀ ਮਾਂ ਸੰਤੀ। ਉਸ ਤੋਂ ਬਾਅਦ ਉਹ ਠੀਕ ਹੋ ਕੇ ਬੀੜ 'ਚ ਬੈਠੇ ਡਾਕੂਆਂ ਦੇ ਨਾਲ ਜਾ ਰਲਿਆ। ਬਸ ਫੇਰ ਕੀ ਸੀ, ਕਿਸ਼ਨੇ ਨੇ ਜੰਗ ਦਾ ਐਲਾਨ ਕਰ ਦਿੱਤਾ। ਉਸ ਦੇ ਸਿਰ ਦਾ ਮੁੱਲ ਰੱਖ ਦਿੱਤਾ ਗਿਆ। ਜਦ ਕਿਸ਼ਨਾ ਆਪਣੇ ਘੋੜੇ ਤੇ ਰਾਤ ਬਰਾਤੇ ਪਿੰਡ ਵੜਦਾ, ਉਹਦੇ ਘੋੜੇ ਦੇ ਪੌੜਾਂ ਦੀਆਂ ਟਾਪਾਂ ਸੁਣ ਕੇ ਜ਼ੈਲਦਾਰ ਦੀ ਹਵੇਲੀ ਵਾਲੇ ਅੰਦਰੋਂ ਕੁੰਡੇ ਮਾਰ ਲੈਂਦੇ ਸਨ। ਸੱਚ ਤੇ ਝੂਠ ਦੀ ਟੱਕਰ ਹੋਣੀ ਸ਼ੁਰੂ ਹੋ ਗਈ। ਨੇਕੀ ਬਦੀ ਦੇ ਵਿਰੁੱਧ ਡਟ ਗਈ। ਤੇ ਬਾਕੀ ਕਹਾਣੀ ਸੁਰਿੰਦਰ ਛਿੰਦਾ ਅਤੇ ਉਹਨਾਂ ਦੇ ਸਾਥੀਆਂ ਦੀ ਆਵਾਜ਼ ਸੁਣਦਿਆਂ। ਆਓ ਬਾਈ ਸੁਰਿੰਦਰ ਛਿੰਦਿਆ। ਮਸਦੀ ਰਹੇ ਤੂੰ ਮੌੜਾ ਦੀ ਏ ਧਰਤੀ ਏ ਨੀ ਲੱਖ ਵਾਰ ਹਾਂ ਤੈਨੂੰ ਸਲਾਮ ਕਰਦਾ। ਵਸਦੀ ਰਹੇ ਤੂੰ ਮੌੜਾ ਦੀ ਏ ਧਰਤੀ ਏ ਨੀ ਲੱਖ ਵਾਰ ਹਾਂ ਤੈਨੂੰ ਸਲਾਮ ਕਰਦਾ। ਤੂੰ ਜੰਮੇ ਨੇ ਕਿਸ਼ਨਾ ਤੇ ਮੌੜ ਜਿਉਣਾ, ਸਿਰ ਕੀਤਾ ਹੈ ਉੱਚਾ ਜਿਨ੍ਹਾਂ ਤੇਰੇ ਦਰਦਾ। ਦਿੱਲੀ ਦੱਖਣ ਸੀ ਜਿਨ੍ਹਾਂ ਦੀ ਗੱਲ ਹੁੰਦੀ, ਜਿਨ੍ਹਾਂ ਕੋਲੋਂ ਸੀ ਉਹ ਗੋਰਾ ਅੰਗਰੇਜ਼ ਡਰਦਾ। ਤੇਰੇ ਦੁੱਧ ਦੇ ਵਿੱਚ ਤਾਸੀਰ ਐਸੀ ਜਿਹਨੇ ਚੁੰਘ ਲਿਆ ਉਹੀ ਉਹ ਸੀ ਉਹ ਸ਼ੇਰ ਬਣਦਾ। ਹਾਂ
कुंडा खोल। खोल दी क्यों नहीं कुंडा? फिर कौन है भाई? तू कुंडा तो खोल, फिर दसदा तेनू के कौन है मैं। मैं तेरे को ये पूछण आया कि जेड़ी जमीन साढ़े नौ लिख दिती सी, ओ जमीन ते किशना ते जौना क्यों हलवाउंदे ने? ओए जैलदारा, इस जमीन विच हजे भी साडा कुछ हिस्सा है, सुनदा? तैनू मैं दसदा कि किहदा नौ किन्ना का हिस्सा। हाँ दस। हाय मरगी, हाय मरगी, पापिया जालमा जैलदारा। ओए तैनू मैं दसदा जैलदार कौन हुंदे आ? हाय मरगी। ओ मरेगी ता तू उस दिन जिद्दण किशने ते जौणे ने दोबारा मेरे खेत विच पैर धरिया। इस गल दा बदला हुण वक्त ही लऊ जैलदारा। वेखू तैनू वड्डी बदला लैण वाली नू, वड्डी बणी फिरदी आ किशने ते जौणे मौड़ दी। ओ वेख लांगे किशने ते जौणे नू वी। कीती जैलदार गल कौड़ी, अज जैलदार हाथ तो बन के निकलता गया, पर होई बड़ी माड़ी उस पतंदर नाल। हैं? केड़ा चंद चढ़ा के आए हो दोवें जाने? खैर ता है। बेबे, मैं ते अज किशने ने जैलदार नू मत सिखाती कि किवे किसे दे घर जाके फोके दब के मारी देने, ते किवे किसे दी जमीन ते कब्जा करी दे। पर किवे ना किवे ओ साडे हत्थों बच के निकलता गया, पर छड्डना ते ओनू असी भी नहीं। ਹੁਣ ਕਿੱਥੇ ਆ ਜੈਲਦਾਰ? ਐ ਮਾਂ ਨੈਣਾ ਦੇਵੀ,
ਹੁਣ ਤਾਂ ਜ਼ੈਲਦਾਰ ਨੇ ਅੱਤ ਕਰ ਦਿੱਤੀ ਮਾਂ। ਇਸ ਪਾਪੀ ਨੂੰ ਤੂੰ ਜ਼ਰੂਰ ਸਜ਼ਾ ਦੇਵੀ ਮਾਂ, ਜ਼ਰੂਰ ਸਜ਼ਾ ਦੇਵੀ। ਆਮਾ ਦਰ ਤੇ ਤੇਰੇ ਦੁਖੜੇ ਤੂੰ ਹਰ ਲੈ ਮੇਰੇ, ਦੁਖੜੇ ਤੂੰ ਹਰ ਲੈ ਮੇਰੇ, ਡੋਲ ਦੇ ਮੇਰੇ ਜੇਰੇ ਦੁਖੜੇ ਤੂੰ ਹਰ ਲੈ ਮੇਰੇ, ਦੁਖੜੇ ਤੂੰ ਹਰ ਲੈ ਮੇਰੇ। ਮਿੰਨਤਾਂ ਤੇਰੀਆਂ ਮੈਂ ਕਰਦੀ, ਮਿੰਨਤਾਂ ਤੇਰੀਆਂ ਮੈਂ ਕਰਦੀ, ਓ ਮਾਂ ਨੈਣਾ ਦੇਵੀ। ਚੁੰਨੀ ਹਾਂ ਤੇਰੇ ਚਰਨ ਧਰਦੀ, ਓ ਕਿਸ਼ਨ ਸਿਆ ਲੱਗਦਾ ਗੰਨੇ ਚੁੱਪਣੇ ਤੈ। ਓਏ ਚਤਰਿਆ, ਕਿਸ਼ਨਾ ਮੌੜ ਹੋਵੇ ਤੇ ਗੱਲ ਤੂੰ ਗੰਨੇ ਗੁੰਨੇ ਚੁੱਪਣ ਦੀ ਕਰਦਾ? ਅੱਜ ਤੇ ਬਿਉਂਤਬੰਦੀ ਹੀ ਕੁਝ ਹੋਰ ਹੈ। ਹੈ ਉਹ ਕਿਹੜੀ ਬਾਈ? ਓ ਵੇਖ, ਬਾਣੀਆਂ ਦੀ ਜਨ ਮੁੰਡੇ ਨੂੰ ਵਿਆਹ ਕੇ ਜਾ ਰਹੀ ਆ। ਐਵੇਂ ਮਾੜੀਆਂ ਮੋਟੀਆਂ ਲੁੱਟਾਂ ਲੁੱਟਣ ਨਾਲੋਂ ਅੱਜ ਬਾਣੀਆਂ ਦੀ ਜਨ ਲੁੱਟ ਕੇ ਫੇਰ ਕਈ ਦਿਨ ਲੋੜ ਹੀ ਨੀ ਪੈਣੀ ਲੁੱਟਾਂ ਲੁੱਟਣ ਦੀ। ਹੈ ਬਾਈ? ਓਏ ਚਤਰਿਆ, ਐਵੇਂ ਪਸੀਨੇ ਛੁੱਟੀ ਜਾਂਦੇ ਆ ਤੇਰੇ? ਸਾਲਾ ਐਵੇਂ ਦਿਲ ਜਿਹਾ ਛੱਡੀ ਜਾਂਦਾ। ਆ ਖਾ ਲੈ ਮੋਟੀ ਨਾਗਣੀ ਤੇ ਆ ਜਾ ਮੇਰੇ ਮਗਰ ਮਗਰ। ਚਤਰਿਆ, ਜਾਨੀਆਂ ਨੂੰ ਤੂੰ ਲੁੱਟ ਤੇ ਵਿਆਹ ਵਾਲੇ ਮੁੰਡੇ ਵੱਲ ਮੈਂ ਹੁੰਨਾ। ਲੱਗਦਾ ਤੂੰ ਹੀ ਵਿਆਹ ਵਾਲਾ ਮੁੰਡਾ। ਹਾਂ ਬਾਈ ਜੀ, ਫੜਾਓ ਨੇ ਤੇਰੇ ਕੋਲ ਕੀ ਆ, ਫੜਾਓ ਹੀ ਜਾਣਾ ਤੀਵੀਆਂ ਮਾਗੂ, ਫੜਾਓ ਰੇ ਘੜਾ ਤੇ ਮੁੰਦੀ। ਘਰਾੜੇ ਜੇ ਮਾਰੀ ਜਾਣਾ ਗੱਡੇ ਚ ਪਿਆ, ਕੀ ਹੈ ਤੇਰੀ ਜੇਬ ਚ? ਮੇਰੀ ਜੇਬ ਚ ਕੀ ਕਿਸ਼ਨ ਸਿਆ, ਮੇਰੇ ਢਿੱਡ ਵਿਚ ਵੀ ਕੁਝ ਨੀ, ਮੈਂ ਤਾਂ ਜਲੇਬੀਆਂ ਵੀ ਨੀ ਖਾਧੀਆਂ। ਅੱਛਾ,
ਗਲੇ ਚਦਰਾ ਤੇ ਮੌਣ ਕ੍ਰਿਸ਼ਨਾ ਬੱਤੀ ਬੋਰਦਾ ਬੋਰਦਾ ਫਾਇਰ ਉਨਾ ਮਾਰ ਕੇ ਵਗਦਾ ਸਿਰਾ ਡੱਕਦਾ ਵਿਆਹ ਕੇ ਮੁੰਡੇ ਨੂੰ ਵਿਆਹ ਕੇ ਮੁੰਡੇ ਨੂੰ ਆਉਂਦੀ ਸੰਗਰੂਰੋਂ ਬਈ ਵਿਆਹ ਕੇ ਮੁੰਡੇ ਨੂੰ ਮੁੰਡੇ ਨੂੰ ਆਉਂਦੀ ਸੰਗਰੂ ਕੰਮ ਤਾਂ ਕਰਤਾ, ਹੁਣ ਤੂੰ ਲੁੱਟਿਆ ਹੋਇਆ ਮਾਲ ਲੈ ਕੇ ਚੱਲ ਪਿੰਡ ਵੱਲ ਨੂੰ ਤੇ ਮੈਂ ਜਿਉਣੇ ਨੂੰ ਨਾਲ ਲੈ ਕੇ ਚੱਲਿਆ ਜੈਲਦਾਰ ਦੀ ਹਵੇਲੀ। ਕਿਤੇ ਅੱਜ ਪੂਰਨਮਾਸ਼ੀ ਦੀ ਰਾਤ ਐਵੇਂ ਨਾ ਲੰਘ ਜਾ। ਜਿਉਣਿਆ ਉਹ ਜਿਉਣਿਆ ਉੱਠ, ਓਏ ਉੱਠ ਉੱਠ, ਚੱਲ ਮੇਰੇ ਨਾਲ। ਬਾਈ ਕਿੱਥੇ ਜਾਣਾ ਇਸ ਵੇਲੇ ਰਾਤ ਨੂੰ? ਓਏ ਖੋਲ ਘੋੜੀ ਤੇ ਚੱਕ ਬੰਦੂਕ, ਅੱਜ ਜੈਲਦਾਰ ਵਾਲਾ ਵੀ ਕੰਡਾ ਕੱਢ ਹੀ ਦੇਈਏ। ਚੱਲ ਉੱਠ। ਚੱਲ ਬਾਈ। ਬਾਈ ਕਿਸ਼ਨਿਆ ਰੋਕਾ ਤੋਂ ਗਿਆ। ਬਾਈ ਜਿਉਣਿਆ ਕਈ ਵਾਰੀ ਸ਼ਿਕਾਰ ਨੂੰ ਲੱਭਣਾ ਪੈਂਦਾ ਹੈ,
ਤੇ ਕਈ ਵਾਰੀ ਸ਼ਿਕਾਰ ਆਪੇ ਚੱਲ ਕੇ ਸਾਹਮਣੇ ਆ ਜਾਂਦਾ। ਆਹ ਵੇਖ, ਜੈਲ ਦਾ ਸਾਲਾ ਸਾਹਮਣੇ ਟੱਕਰ ਗਿਆ। ਓਏ ਵਾਹ, ਅੱਜ ਕਿਸ਼ਨਾ ਤੇ ਜੌਣਾ ਦੋਨੋਂ ਇਕੱਠੇ, ਤੇ ਤੀਜੀ ਤੇਰੀ ਮੌਤ ਵੀ ਆ ਜੈਲਦਾਰਾ, ਜਿਹੜੀ ਤੈਨੂੰ ਨਜ਼ਰ ਨਹੀਂ ਆ ਰਹੀ। ਓਏ ਮੌਤ, ਉਹ ਵੀ ਜੈਲਦਾਰ ਦੀ? ਓਏ ਮੈਂ ਤਾਂ ਤੁਹਾਡੀ ਮੌਤ ਡੱਬ ਚ ਰੱਖਦਾ। ਓ ਕੀ ਗੱਲ ਬਾਈ, ਰੋਕ ਕਿਉਂ ਗਿਆ? ਮਾਰ ਗੋਲੀ ਤੇ ਕਰਦੇ ਘੋਗਾ ਚਿੱਤ। ਤੂੰ ਚੰਗਾ ਨਹੀਂ ਕੀਤਾ। ਜਦੋਂ ਸੱਤਿਆ ਰਹੇ ਨਾ ਵਿੱਚ ਹੱਥਾਂ, ਧਰੇ ਰੋਟੀਆਂ ਤੋਂ ਰੁੜ ਜਾਣ ਡੇਲੇ, ਜਦੋਂ ਲੱਗ ਪੈਣ ਸ਼ੇਰਾਂ ਨਾਲ ਲੈਣ ਪੰਗੇ, ਭੇਡਾਂ ਬੱਕਰੀਆਂ ਦੇ ਬਚਣ ਨਾ ਫੇਰ ਛੇਲੇ, ਖਰੇ ਸਿੱਕੇ ਨੇ ਚੱਲਦੇ ਹੱਟੀਆਂ ਤੇ, ਰੁੜਦੇ ਰੇਤ ਦੇ ਵਿੱਚ ਨੇ ਖੋਟੇ ਧੇਲੇ। ਓਏ ਚਤਰਿਆ ਓਏ, ਓਏ ਤੇਰਾ ਨਾਂ ਵੀ ਚਤਰ ਸਿਆ, ਕਿਸੇ ਨੇ ਸੋਚ ਕੀ ਰੱਖਿਆ? ਬਈ ਗੱਲ ਤਾਂ ਸੱਚੀ ਆ, ਪਰ ਤੇਰੇ ਦਿਮਾਗ ਦੀ ਚਤਰਾਈ ਨੇ ਦੇਖ ਲਾ, ਲੁੱਟਾਂ ਲੁੱਟ ਲੁੱਟ ਕੇ ਸੰਦੂਕ ਤੇ ਭੜੋਲੇ ਭਰ ਛੱਡੇ ਆ। ਹੈਂ, ਉਹ ਵਾਹ ਚਤਰਿਆ, ਓਏ ਆਹ ਗੱਲ ਤਾਂ ਕਦੇ ਖਿਆਲ ਚ ਨਹੀਂ ਆਈ, ਪਰ ਹੁਣ ਇਹ ਲੁੱਟਿਆ ਹੋਇਆ ਮਾਲ ਦੱਸ ਕਿੱਥੇ ਸਾਂਭੀਏ? ਓਏ ਕਿਹਦੇ ਕੋਲ ਰੱਖੀਏ ਤੇ ਕਿਹਦੇ ਤੇ ਯਕੀਨ ਕਰੀਏ? ਇਹ ਤਾਂ ਬਾਈ ਹੁਣ ਤੂੰ ਹੀ ਸੋਚ। ਤੇ ਫਿਰ ਇੱਕੋ ਇੱਕ ਯਾਰ ਹੈ ਮੇਰਾ, ਡੋਗਰ। ਬਾਈ ਦੇਖ ਲਈ, ਬੰਦਾ ਬੜਾ ਲਵੇਟੇਵਾਜ ਹੈ, ਖਿਆਲ ਰੱਖੀ। ਉਹ ਤੂੰ ਜੋ ਮਰਜ਼ੀ ਆਖ, ਮੈਂ ਤੇ ਸਾਰਾ ਸਮਾਨ ਉਹਦੇ ਕੋਲ ਹੀ ਰੱਖਣਾ, ਸਮਝ ਗਿਆ? ਓ ਬਾਈ ਡੋਗਰਾ, ਓ ਬਾਈ ਡੋਗਰਾ, ਓ ਬਾਈ ਬਾਰ ਤਾਂ ਖੋਲ ਜਰਾ। ਹੈਂ, ਕੌਣ ਆ ਬਾਈ? ਓ ਮੈਂ ਹਾਂ ਤੇਰਾ ਕਿਸ਼ਨਾ ਯਾਰ।
मेरी गल सुनो जी, घर आया ते अम्मा जाया, तुसे किशने नु इन्नी शराब पिया के चंगा नहीं किता। डोगरी, जिथे दुनिया दी सोच खत्म हुंदी है उथे डोगर दी सोच शुरू हुंदी है। चाह तू अपना कम कर। अंदर ता आ जा जेलदारा, साडे हुंदिया एवें घबराई जाना। ओए ठाणेदारा, मेरा ता किशने अते जिउणे ने जीणा दुब्बर कीता पिया, तू जल्दी कर कुछ। ¡Vamos!
ਜੈ ਹਿੰਦ ਜੀ, ਮੈਂ ਥਾਣੇਦਾਰ ਨਥਾ ਸਿੰਘ ਬੋਲ ਰਿਹਾ। ਆਈ ਐਮ ਕਮਿਸ਼ਨਰ ਆਫ ਪੁਲਿਸ ਸੰਗਰੂਰ। ਜੀ ਜਨਾਬ, ਜੀ ਜਨਾਬ, ਹਾਂਜੀ ਜਨਾਬ, ਹੁਕਮ ਜਨਾਬ। ਓਏ ਥਾਣੇਦਾਰਾ, ਸੰਗਰੂਰ ਦੇ ਵਿੱਚ ਸ਼ਰੇਆਮ ਜੰਨਾਂ ਲੁੱਟੀਆਂ ਜਾ ਰਹੀਆਂ ਨੇ, ਲੁੱਟਾਂ ਖੋਹਾਂ ਹੋ ਰਹੀਆਂ ਨੇ, ਕਤਲ ਹੋ ਰਹੇ ਨੇ, ਤੇ ਤੂੰ ਸੁਸਰੀ ਵਾਂਗ ਸੁੱਤਾ ਪਿਆ ਏ। ਹਾਂਜੀ ਜਨਾਬ, ਮੈਂ ਹੁਣੇ ਜਾਂਦਾ ਜਨਾਬ, ਹੁਣੇ ਜਾ ਕੇ ਪਤਾ ਕਰਦਾ, ਸਾਰੀ ਰਿਪੋਰਟ ਕਰਦਾ ਜੀ। ਓਏ ਚਲੋ ਜਲਦੀ ਸਾਰੇ, ਫੋਨ ਆ ਗਿਆ ਉੱਪਰੋਂ ਸਾਹਿਬ ਦਾ। ਓਏ ਤੋਰ ਲਾ ਇਹਨੂੰ ਛੇਤੀ। ਉਹ ਬਾਈ ਸੁਖਿਆ, ਜਿਹੜੇ ਜੇਲ੍ਹ ਵਿੱਚ ਯਾਰ ਬਣ ਜਾਂਦੇ ਨੇ ਉਹ ਸੱਤ ਜਨਮਾਂ ਦੇ ਮਿੱਤਰ ਹੋ ਜਾਂਦੇ ਨੇ, ਤੈਨੂੰ ਪਤਾ ਹੈ। ਉਹ ਤੈਨੂੰ ਪਤਾ ਹੈ, ਜੇਲ੍ਹ ਵਿੱਚ ਮੇਰੀ ਤਬੀਅਤ ਹੁਣ ਠੀਕ ਨਹੀਂ ਰਹਿੰਦੀ, ਪਤਾ ਨਹੀਂ ਕਿਹੜੇ ਵੇਲੇ ਰੱਬ ਦਾ ਬੁਲਾਵਾ ਆ ਜਾਏ। ਪਰ ਜੇ ਕਿਧਰੇ ਕੋਈ ਇਹੋ ਜਿਹੀ ਗੱਲ ਹੋ ਵੀ ਗਈ ਤਾਂ ਮੇਰਾ ਬਾਈ ਬਣ ਕੇ ਆ ਮੇਰੀ ਇੱਕ ਚਿੱਠੀ ਮੇਰੇ ਛੋਟੇ ਭਾਈ ਜਿਉਣੇ ਤਾਈਂ ਪਹੁੰਚਾ ਦੀ। ਇੱਕ ਦਿਨ ਕਿਸ਼ਨੇ ਨੇ ਖਤ ਲਿਖਿਆ ਜਾਉਣੇ ਮੋੜ ਨੂੰ, ਇੱਕ ਦਿਨ ਕਿਸ਼ਨੇ ਨੇ ਖਤ ਲਿਖਿਆ ਜਾਉਣੇ ਮੋੜ ਨੂੰ, ਕਾਲੇ ਪਾਣੀ ਉਹ ਕਹਿੰਦਾ ਤਾ ਗੱਡੀ ਵਿੱਚ ਪਾਇਆ। ਫੜ ਕੇ ਖਤ ਡਾਕੀਏ ਕੋਲੋਂ ਯਾਰੋ ਜਾਉਣੇ ਨੇ ਮੈਂ ਸਦਕੇ, ਫੜ ਕੇ ਖਤ
ਲੈ ਬਾਈ ਸੁਖਿਆ, ਉਹ ਸੁਖਿਆ, ਉਹ ਬਾਈ ਸੁਖਿਆ, ਹੁਣ ਮੇਰਾ ਵੇਲਾ ਆ ਗਿਆ ਜਾਣ ਦਾ, ਬਸ ਮੇਰਾ ਆਖਰੀ ਕੰਮ ਕਰ ਦੀ। ਕਿਸ਼ਨਿਆ, 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 ਓਏ ਭਾਈ ਕਿਸ਼ਨਿਆ, ਤੂੰ ਤਾਂ ਬੜਾ ਜਲਦੀ ਸਾਥ ਛੱਡ ਗਿਆ ਮੇਰਿਆ ਯਾਰਾ। ਚੰਗਾ, ਜੋ ਰੱਬ ਨੂੰ ਮਨਜ਼ੂਰ। ਓਏ ਮੌੜਾ, ਰਹੂ ਹਮੇਸ਼ਾ ਤੇਰਾ ਮੌੜ, ਵਸਦਾ 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 ਤੇਰੀ ਮੜੀ ਤੇ ਲੱਗਣਗੇ ਸਦਾ ਮੇਲੇ, ਸਦਾ ਮੇਲੇ। ਲੱਗਣਗੇ ਸਦਾ ਮੇਲੇ, ਸਦਾ ਮੇਲੇ।